ਤਾਂ ਤੁਹਾਡਾ ਸਾਰਿਆਂ ਦਾ ਮੈਂ ਧੰਨਵਾਦ ਕਰਦੀ ਹਾਂ ਕਿ ਤੁਸੀਂ ਮੇਰੇ ਚੈਨਲ ਨੂੰ ਲਾਈਕ ਕਰ ਰਹੇ ਹੋ, ਸ਼ੇਅਰ ਕਰ ਰਹੇ ਹੋ ਅਤੇ ਸਬਸਕ੍ਰਾਈਬ ਕਰ ਰਹੇ ਹੋ। ਥੈਂਕ ਯੂ ਟੂ ਆਲ ਫੋਰ ਮੋਟੀਵੇਟਿੰਗ ਮੀ। ਐਂਡ ਅੱਜ ਮੈਂ ਤੁਹਾਨੂੰ ਕੁਛ ਜਾਵਾ ਦਊਂ ਕਿਵੇਂ ਪੜ੍ਹਨੀ ਹੈ, ਤੁਸੀਂ ਜਾਵਾ ਠੀਕ ਹੈ ਪ੍ਰਿੰਟ ਕਿਵੇਂ ਕਰਵਾਉਣੀ ਹੈ ਠੀਕ ਹੈ। ਤਾਂ ਜਿਹੜਾ ਇਹਦੇ ਵਿੱਚ ਇੰਟ ਵੇਰੀਏਬਲ ਨੇਮ ਦਿੱਤਾ ਵਾ, ਇੰਟੀਜਰ ਕੀ ਹੁੰਦੀ, ਇੰਟੀਜਰ ਵੈਲਿਊ ਜਿੱਥੇ ਆਪਾਂ ਸਟੋਰ ਕਰਵਾਉਂਦੇ ਹਾਂ। ਵੇਰੀਏਬਲ ਆਫ ਇੰਟ ਟਾਈਪ ਮਤਲਬ ਕਿ ਜਿਹਦੇ ਵਿੱਚ ਇਨਪੁੱਟ ਦੀ ਵੈਲਿਊ ਸਟੋਰ ਕਰਵਾਉਂਦੇ ਆਪਾਂ ਸਕੈਨਰ ਓਬਜੈਕਟ ਬਿਫੋਰ ਹੈਂਡ ਓਬਜੈਕਟ ਸਕੈਨਰ ਕਲਾਸ ਦੇ ਵਿੱਚ। ਜਿਹੜਾ ਆਪਾਂ ਆਊਟ ਸਿਸਟਮ ਡੋਟ ਆਊਟ ਡੋਟ ਪ੍ਰਿੰਟ ਐਨ ਯੂਜ ਕਰਦੇ ਹੈਗੇ, ਉਹਦੇ ਵਿੱਚ ਕੀ ਆਉਂਦਾ ਆਪਾਂ ਵੈਲਿਊ ਪਾਸ ਕਰਾਉਂਦੇ ਹੈਗੇ ਜੀ ਪੈਰਾਮੀਟਰ 'ਚੋਂ ਕੰਸੋਲ ਸਕਰੀਨ ਦੇ ਵਿੱਚੋਂ, ਅਤੇ ਚੇਂਜ ਕਰਦੀ ਕਰਸਰ ਆਫ ਦਾ ਨੈਕਸਟ ਲਾਈਨ, ਅਤੇ ਜਿਹਦੇ ਵਿੱਚ ਜਿਹੜੀ ਵੈਲਿਊ ਪ੍ਰਿੰਟ ਹੋ ਜਾਂਦੀ ਐਜ਼ ਏ ਪੈਰਾਮੀਟਰ ਠੀਕ ਹੈ। ਦੈਨ ਕੰਸੋਲ ਸਕਰੀਨ ਕਰਸਰ ਮੂਵ ਕਰ ਜਾਂਦਾ ਨੈਕਸਟ ਕਰੈਕਟਰ ਆਫ ਦੀ ਲਾਸਟ ਜਿਹੜਾ ਸਾਡਾ ਪ੍ਰਿੰਟਡ ਹੋ ਜਾਂਦਾ ਸਿਸਟਮ ਡੋਟ ਆਊਟ ਡੋਟ ਵੇਰੀਏਬਲ ਆਫ ਟੈਕਸ ਟਾਈਪ।